ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਕਰੀਕੁਲਮ ਦਾ ਕਨਸੈਪਟ, ਉਹਦੀ ਕੰਸਟਰਕਸ਼ਨ ਲਈ ਪ੍ਰਿੰਸੀਪਲਸ ਅਤੇ ਅਪਰੋਚਿਸ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ। ਪਹਿਲਾਂ ਕਨਸੈਪਟ ਦੀ ਗੱਲ ਕਰਦੇ ਹਾਂ। ਕਰੀਕੁਲਮ ਮੀਨਸ ਪਾਠਕ੍ਰਮ। ਕਰੀਕੁਲਮ ਅਤੇ ਸਿਲੇਬਸ ਦੇ ਵਿੱਚ ਡਿਫਰੈਂਸ ਪੁੱਛ ਸਕਦੇ ਆ ਤੁਹਾਨੂੰ। ਸਭ ਤੋਂ ਪਹਿਲਾਂ ਤਾਂ ਕਰੀਕੁਲਮ ਅਤੇ ਸਿਲੇਬਸ 'ਚ ਕੀ ਡਿਫਰੈਂਸ ਹੁੰਦਾ? ਕਰੀਕੁਲਮ ਹੋ ਗਿਆ ਜਿਹੜਾ ਤੁਹਾਡਾ ਇਨਡੋਰ ਅਤੇ ਆਊਟਡੋਰ ਦੋਨੋਂ ਐਕਟੀਵਿਟੀਜ਼ ਆ ਜਾਂਦੀਆਂ ਸਕੂਲ ਦੀਆਂ, ਜਦਕਿ ਸਿਲੇਬਸ ਇੱਕ ਪ੍ਰਿਸਕ੍ਰਾਈਬਡ ਸਿਲੇਬਸ ਹੋ ਗਿਆ ਜਿਹੜਾ ਤੁਸੀਂ ਕਲਾਸਰੂਮ ਦੇ ਵਿੱਚ ਕਵਰ ਕਰਨਾ ਹੁੰਦਾ। ਠੀਕ ਹੈ। ਕਰੀਕੁਲਮ ਮੀਨਸ ਰੇਸ ਕੋਰਸ ਇਨ ਵਿੱਚ ਵਨ ਰਨ ਔਰ ਟੂ ਰੀਚ ਅ ਗੋਲ ਔਰ ਡੈਸਟੀਨੇਸ਼ਨ। ਠੀਕ ਹੈ। ਇਨ ਦਿਸ ਸੈਂਸ ਐਜੂਕੇਸ਼ਨ ਇਜ਼ ਕੰਸੀਡਰਡ ਐਜ਼ ਏ ਰੇਸ ਵਿਦ ਇਟਸ ਏਮ ਐਜ਼ ਅ ਗੋਲ ਐਂਡ ਕਰੀਕੁਲਮ ਐਜ਼ ਦਾ ਕੋਰਸ ਲੀਡਿੰਗ ਟੂ ਦੈਟ ਗੋਲ। ਮਤਲਬ ਕੀ ਹੈਗਾ, ਜਿਹੜੀ ਐਜੂਕੇਸ਼ਨ ਦਾ ਕੋਈ ਗੋਲ ਸੈੱਟ ਹੁੰਦਾ ਅਤੇ ਥਰੂ ਕਰੀਕੁਲਮ ਆਪਾਂ ਉਸ ਗੋਲ ਤੱਕ ਪਹੁੰਚਦੇ ਹਾਂ। ਜੇਕਰ ਆਪਾਂ ਬੇਸਿਕਲੀ ਗੱਲ ਕਰੀਏ ਤਾਂ ਕਰੀਕੁਲਮ ਦਾ ਜਿਹੜਾ ਵਰਡ ਹੈ ਉਹ ਕਿਊਰੇ ਵਰਡ ਤੋਂ ਡਰਾਈਵ ਹੋਇਆ, ਜਿਹਦਾ ਮੀਨਿੰਗ ਹੁੰਦਾ ਟੂ ਰਨ। ਠੀਕ ਹੈ। ਕਿਸੇ ਚੀਜ਼ ਤੱਕ ਪਹੁੰਚਣ ਦੇ ਵਿੱਚ ਆਪਣੀ ਹੈਲਪ ਕਰਨੀ। ਤਾਂ ਕਰੀਕੁਲਮ ਰੈਫਰਸ ਟੂ ਅ ਗਰੁੱਪ ਆਫ ਸਬਜੈਕਟਸ ਔਰ ਕੋਰਸਿਸ ਆਫ ਸਟੱਡੀ ਅਰੇਂਜਡ ਐਟ ਅ ਪਰਟੀਕੁਲਰ ਸੀਕੁਐਂਸ ਫੋਰ ਇੰਸਟਰਕਸ਼ਨਲ ਪਰਪਸਿਸ ਇਨ ਅ ਸਕੂਲ। ਜੇਕਰ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਕਨਿੰਗਮ ਦੀ ਡੈਫੀਨੇਸ਼ਨ ਬਹੁਤ ਇੰਪੋਰਟੈਂਟ ਹੈ। ਕਰੀਕੁਲਮ ਇਜ਼ ਅ ਟੂਲ ਇਨ ਦਾ ਹੈਂਡਸ ਆਫ ਆਰਟਿਸਟ ਟੂ ਮੋਲਡ ਇਜ਼ ਮਟੀਰੀਅਲ ਅਕੋਰਡਿੰਗ ਟੂ ਹਿਸ ਆਈਡੀਆ ਇਨ ਹਿਸ ਸਟੱਡੀਜ਼। ਇੱਥੇ ਉਹਨੇ ਇੱਕ ਮਤਲਬ ਲੈਬ ਦੀ ਗੱਲ ਕੀਤੀ ਹੈ, ਇੱਕ ਆਰਟਿਸਟ ਦੀ ਗੱਲ ਕੀਤੀ ਹੈ, ਮਟੀਰੀਅਲ ਦੀ ਗੱਲ ਕੀਤੀ ਹੈ। ਜਿਹੜਾ ਆਰਟਿਸਟ ਹੈ ਉਹਨੇ ਟੀਚਰ ਨੂੰ ਕਿਹਾ ਟੂ ਮੋਲਡ ਹਿਸ ਮਟੀਰੀਅਲ, ਉਹਨੇ ਸਟੂਡੈਂਟ ਨੂੰ ਕਿਹਾ ਅਕੋਰਡਿੰਗ ਟੂ ਹਿਸ ਆਈਡੀਆ ਮੀਨਸ ਜਿਹੜੇ ਉਹ ਏਮ ਅਤੇ ਓਬਜੈਕਟਿਵ ਲੈ ਕੇ ਚੱਲ ਰਿਹਾ, ਇਨ ਹਿਸ ਸਟੂਡੀਓ ਮੀਨਸ ਆਪਦੇ ਸਕੂਲ ਜਾਂ ਕਲਾਸਰੂਮ ਦੇ ਵਿੱਚ, ਕਿ ਇੱਕ ਟੀਚਰ ਆਪਦੇ ਬੱਚੇ ਨੂੰ ਕਿਸੇ ਵੀ ਤਰੀਕੇ ਨਾਲ ਮੋਲਡ ਕਰ ਸਕਦਾ ਹੈਗਾ। ਸੈਕਿੰਡ ਡੈਫੀਨੇਸ਼ਨ ਕਰੋ ਐਂਡ ਕਰੋਦੀਆ। ਕਰੀਕੁਲਮ ਇਨਕਲੂਡਸ ਆਲ ਦਾ ਲਰਨਿੰਗ ਐਕਸਪੀਰੀਅੰਸਿਸ ਇਨਸਾਈਡ ਔਰ ਆਊਟਸਾਈਡ ਦਾ ਸਕੂਲ। ਦਿਸ ਇਜ਼ ਇੰਪੋਰਟੈਂਟ ਦੋਨੋਂ ਜਗ੍ਹਾ 'ਤੇ। ਦੈਟ ਆਰ ਇਨਕਲੂਡਡ ਇਨ ਅ ਪ੍ਰੋਗਰਾਮ ਵਿਚ ਹੈਜ਼ ਬੀਨ ਡਰਾਈਵ ਟੂ ਹੈਲਪ ਹਿਮ ਡਿਵਲਪਮੈਂਟਲੀ, ਇਮੋਸ਼ਨਲੀ, ਸੋਸ਼ਲੀ ਐਂਡ ਮੋਰਲੀ, ਹਰ ਇੱਕ ਤਰ੍ਹਾਂ ਤੋਂ ਉਹਦੀ ਡਿਵਲਪਮੈਂਟ ਕਰਨ ਦੇ ਲਈ। ਠੀਕ ਹੈ। ਸਿਮਿਲਰਲੀ ਇੱਕ ਬ੍ਰਾਉਵੈਸ਼ਰ ਦੀ ਡੈਫੀਨੇਸ਼ਨ ਹੈ, ਉਹ ਵੀ ਤੁਸੀਂ ਪੜ੍ਹ ਸਕਦੇ ਹੋਗੇ ਇੱਥੋਂ। ਤਾਂ ਮਤਲਬ ਕੀ ਹੋ ਗਿਆ ਕਿ ਜਿਹੜਾ ਮਾਡਰਨ ਕਨਸੈਪਟ ਹੈ ਕਰੀਕੁਲਮ ਦਾ, ਉਹ ਸਾਰੇ ਏਰੀਆਜ਼ ਨੂੰ ਕਵਰ ਕਰਦਾ ਹੈਗਾ, ਇੰਡੀਵਿਜੁਅਲ ਦੀ ਹਰ ਇੱਕ ਆਸਪੈਕਟ ਨੂੰ, ਹਰ ਇੱਕ ਪੱਖ ਤੋਂ ਉਹਦੀ ਡਿਵਲਪਮੈਂਟ ਹੋਵੇ। ਠੀਕ ਹੈ। ਮਤਲਬ ਇੱਕ ਮੀਨਿੰਗਫੁੱਲ ਅਤੇ ਡਿਜ਼ਾਇਰਫੁੱਲ ਡਿਜ਼ਾਇਰੇਬਲ ਐਕਟੀਵਿਟੀਜ਼ ਹੁੰਦੀਆਂ ਨੇਗੀਆਂ, ਇਨਸਾਈਡ ਦਾ ਸਕੂਲ ਵੀ ਆਊਟਸਾਈਡ ਦਾ ਸਕੂਲ ਵੀ, ਜਿਹੜੀਆਂ ਪ੍ਰੋਪਰਲੀ ਪਲਾਨ ਕੀਤੀਆਂ ਜਾਂਦੀਆਂ ਨੇ, ਔਰਗੇਨਾਈਜ਼ ਕੀਤੀਆਂ ਜਾਂਦੀਆਂ ਨੇ। ਜੇਕਰ ਆਪਾਂ ਪ੍ਰਿੰਸੀਪਲਸ ਦੀ ਗੱਲ ਕਰੀਏ ਕਰੀਕੁਲਮ ਕੰਸਟਰਕਸ਼ਨ, ਕਰੀਕੁਲਮ ਨੂੰ ਕੰਸਟਰਕਟ ਕਰਨ ਦੇ ਲਈ ਕਿਹੜੇ ਕਿਹੜੇ ਪ੍ਰਿੰਸੀਪਲਸ ਧਿਆਨ 'ਚ ਰੱਖਣੇ ਚਾਹੀਦੇ ਨੇ? ਤਾਂ ਪਹਿਲਾਂ ਆ ਗਿਆ ਚਾਈਲਡ ਸੈਂਟਰ। ਜਿਵੇਂ ਨੇਮ ਤੋਂ ਹੀ ਕਲੀਅਰ ਹੈ ਕਿ ਕੋਈ ਵੀ ਪ੍ਰਿੰਸੀਪਲ ਤੁਸੀਂ ਕੋਈ ਵੀ ਕਰੀਕੁਲਮ ਡਿਜ਼ਾਈਨ ਕਰਨਾ ਹੈਗਾ, ਤਾਂ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਮਾਇੰਡ ਦੇ ਵਿੱਚ ਬੱਚਾ ਹੋਣਾ ਚਾਹੀਦਾ, ਚਾਈਲਡ ਹੋਣਾ ਚਾਹੀਦਾ, ਕਿ ਕਿਹਨੂੰ ਤੁਸੀਂ ਪੜ੍ਹਾਉਣਾ ਹੈ, ਉਹਦੀਆਂ ਨੀਡਸ ਕੀ ਨੇ, ਉਹਦੇ 'ਚ ਕਿੰਨੀ ਕੁ ਅਬਿਲਿਟੀ ਹੈ, ਉਹਦਾ ਇੰਟਰਸਟ ਕੀ ਹੈਗਾ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਕਰੀਕੁਲਮ ਨੂੰ ਡਿਜ਼ਾਈਨ ਕਰਨਾ ਚਾਹੀਦਾ। ਸੈਕਿੰਡ ਆ ਗਿਆ ਪ੍ਰਿੰਸੀਪਲ ਆਫ ਕਮਿਊਨਿਟੀ ਸੈਂਟਰਡ। ਕਮਿਊਨਿਟੀ ਸੈਂਟਰਡ ਆ ਗਿਆ, ਦੇਖੋ ਬੱਚੇ ਨੇ ਰਹਿਣਾ ਤਾਂ ਸਮਾਜ 'ਚ ਹੀ ਹੈ ਨਾ, ਸੋਸਾਇਟੀ 'ਚ ਹੀ ਰਹਿਣਾ, ਕਮਿਊਨਿਟੀ ਨੂੰ ਹੀ ਬਿਲੋਂਗ ਕਰਦਾ ਉਹ ਕਿਸੇ ਨੂੰ। ਉਹ ਕਮਿਊਨਿਟੀ ਦੀਆਂ ਕੀ ਨੀਡਸ ਨੇਗੀਆਂ, ਉਹ ਕਮਿਊਨਿਟੀ ਕੀ ਚਾਹੁੰਦੀ ਹੈ, ਕਿ ਉਹਨਾਂ ਦੇ ਬੱਚੇ ਕੀ ਸਿੱਖਣ, ਕੀ ਪੜ੍ਹਨ, ਉਹਨਾਂ ਦੇ ਬੱਚਿਆਂ ਨੂੰ ਕੀ ਕਰਾਇਆ ਜਾਵੇ, ਤਾਂ ਉਹ ਸਾਰੀਆਂ ਚੀਜ਼ਾਂ ਵੀ ਕੀ ਹੋਣਗੀਆਂ, ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇਗੀਆਂ। ਇਹਦਾ ਜੇ ਮੈਂ ਨੋਟਸ ਖੁਦ ਪ੍ਰਿਪੇਅਰ ਕੀਤੇ ਸੀਗੇ, ਅਤੇ ਇਹਦੇ ਵਿੱਚ ਜਿਹੜੇ ਮੈਂ ਡਾਇਗ੍ਰਾਮਸ ਬਣਾਏ ਨੇ, ਇਹ ਤਾਂ ਬਣਾਏ ਨੇ ਕਿ ਤੁਹਾਨੂੰ ਪਤਾ ਲੱਗ ਜਾਵੇ ਪੇਪਰ ਦੇ ਵਿੱਚ ਤੁਸੀਂ ਇੱਦਾਂ ਅਟੈਂਪਟ ਕਰਨਾ ਹੈਗਾ। ਜਿੰਨਾ ਤੁਸੀਂ ਬਿਊਟੀਫੁਲੀ ਪ੍ਰੈਜੈਂਟ ਕਰੋਗੇ ਪੇਪਰ ਨੂੰ, ਉਨੇ ਵਧੀਆ ਤੁਹਾਡੇ ਮਾਰਕਸ ਆਣਗੇ। ਮੈਂ ਖੁਦ ਵੀ ਗੋਲਡ ਮੈਡਲਿਸਟ ਰਹਿ ਚੁੱਕੀ ਹਾਂ ਬੀਐਡ ਐਮਐਡ ਦੇ ਵਿੱਚ, ਕਿਉਂਕਿ ਮੇਰੀ ਪ੍ਰੈਜੈਂਟੇਸ਼ਨ ਵਧੀਆ ਸੀਗੀ ਪੇਪਰ ਦੀ, ਹੈ ਨਾ। ਤੁਹਾਨੂੰ ਬੇਸ਼ੱਕ ਤੁਸੀਂ ਕਿੰਨਾ ਹੀ ਵਧੀਆ ਪੜ੍ਹ ਕੇ ਚਲੇ ਜਾਓ, ਜੇਕਰ ਤੁਹਾਨੂੰ ਉੱਥੇ ਲਿਖਣਾ ਨਹੀਂ ਨਾ ਆ ਰਿਹਾ, ਤੁਸੀਂ ਲਿਖਣਾ ਕਿਵੇਂ ਆਗਾ, ਤਾਂ ਤੁਹਾਡੇ ਮਾਰਕਸ ਨਹੀਂ ਵਧੀਆ ਆਣਗੇ।
ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਤੁਸੀਂ ਉੱਥੇ ਪ੍ਰੈਜ਼ੈਂਟ ਥੋੜ੍ਹਾ ਸੋਹਣਾ ਕਰੋ, ਡਾਇਗ੍ਰਾਮਸ ਬਣਾਓ, ਹਾਈਲਾਈਟ ਕਰੋ ਪੁਆਇੰਟਸ ਨੂੰ। ਤੁਸੀਂ ਮਤਲਬ ਜਿਹੜੇ ਬੱਦਲ ਜਿਹੇ ਹੁੰਦੇ ਆ ਉਹ ਬਣਾ ਸਕਦੇ ਹੋ ਪੁਆਇੰਟਸ ਦੁਆਲੇ ਦੁਆਲੇ, ਦੋ ਪੈੱਨ ਯੂਜ਼ ਕਰ ਸਕਦੇ ਹੋ, ਲਾਈਟ ਪੈੱਨ, ਡਾਰਕ ਪੈੱਨ, ਠੀਕ ਹੈ। ਥਰਡ ਆ ਗਿਆ ਪ੍ਰਿੰਸੀਪਲ ਆਫ ਐਕਟੀਵਿਟੀ ਸੈਂਟਰਡ। ਤਾਂ ਇੱਦਾਂ ਦਾ ਕਰੀਕੁਲਮ ਹੋਵੇ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਐਕਟੀਵਿਟੀਜ਼ ਨਾਲ ਪੜ੍ਹਾਇਆ ਜਾਵੇ, ਨਾ ਕਿ ਥੋਰੈਟੀਕਲ, ਠੀਕ ਹੈ। ਮਤਲਬ ਕੋਈ ਵੀ ਕਨਸੈਪਟ ਕਰਾਉਣਾ ਤਾਂ ਬੱਚਿਆਂ ਨੂੰ ਕਿਸੇ ਐਕਟੀਵਿਟੀ ਦੇ ਥਰੂ ਕਰਾਇਆ ਜਾਵੇ। ਪ੍ਰਿੰਸੀਪਲ ਆਫ ਵਰਾਇਟੀ, ਵਰਾਇਟੀ ਹੋਣੀ ਚਾਹੀਦੀ ਹੈਗੀ, ਅਲੱਗ ਅਲੱਗ ਮਤਲਬ ਆਪਾਂ ਕਹਿ ਸਕਦੇ ਹਾਂ ਕ੍ਰਿਟੀਰੀਏਜ਼ ਨਾਲ, ਅਲੱਗ ਅਲੱਗ ਟੀਚਿੰਗ ਮੈਥਡਸ ਦੇ ਨਾਲ ਅਲੱਗ ਅਲੱਗ ਟੋਪਿਕਸ ਕਰਾਏ ਜਾਣੇ ਚਾਹੀਦੇ ਨੇ, ਅਤੇ ਹਰ ਇੱਕ ਏਰੀਆ ਕਵਰ ਹੋਣਾ ਚਾਹੀਦਾ ਹੈਗਾ ਜਿਹੜਾ ਕੀ ਹੈ ਸਟੱਡੀ ਨੂੰ ਲੈ ਕੇ, ਮਤਲਬ ਬੱਚੇ ਦਾ ਉਹਦੀ ਕਮਿਊਨਿਟੀ ਦੀਆਂ ਨੀਡਸ ਨੂੰ ਧਿਆਨ 'ਚ ਰੱਖ ਕੇ। ਪ੍ਰਿੰਸੀਪਲ ਆਫ ਕੋਰਲੇਸ਼ਨ, ਕੋਰਲੇਸ਼ਨ ਹੋ ਗਿਆ ਕਿ ਇੱਕ ਦੂਜੇ ਨਾਲ ਸਬਜੈਕਟਸ ਨੇ ਜਿਹੜੇ ਉਹ ਜੁੜੇ ਹੋਣੇ ਚਾਹੀਦੇ ਨੇ, ਕੋਰਲੇਟ ਕਰਨੇ ਚਾਹੀਦੇ ਨੇਗੇ। ਅਤੇ ਪੜ੍ਹਾਉਣਾ ਵੀ ਉੱਦਾਂ ਹੀ ਚਾਹੀਦਾ ਹੈਗਾ, ਜਿਵੇਂ ਜੇਕਰ ਤੁਸੀਂ ਸੋਸ਼ਲ ਸਾਇੰਸ ਦੇ ਵਿੱਚ ਵਾਟਰ ਸਾਈਕਲ ਪੜ੍ਹਾ ਰਹੇ ਹੋ ਤਾਂ ਆਰਟ ਦੇ ਵਿੱਚ ਉਹਦੀ ਡਰਾਇੰਗ ਕਰਵਾ ਸਕਦੇ ਹੋਗੇ। ਸਾਇੰਸ ਦੇ ਵਿੱਚ ਵੀ ਹੁੰਦਾ ਵਾਟਰ ਸਾਈਕਲ, ਤਾਂ ਉੱਥੇ ਵੀ ਨਾਲ ਦੀ ਨਾਲ ਮਤਲਬ ਚੱਲਦੇ ਰਹਿਣੇ ਚਾਹੀਦੇ, ਉਹ ਬੱਚੇ ਨੂੰ ਈਜ਼ੀ ਵੀ ਹੋਣਗੇ ਅੰਡਰਸਟੈਂਡ ਕਰਨੇ। ਪ੍ਰਿੰਸੀਪਲ ਆਫ ਕੰਜ਼ਰਵੇਸ਼ਨ, ਪ੍ਰਿੰਸੀਪਲ ਆਫ ਫਲੈਕਸੀਬਿਲਟੀ, ਇਹ ਸਾਰੇ ਪ੍ਰਿੰਸੀਪਲਸ ਤੁਸੀਂ ਪੜ੍ਹੇ ਹੋਏ ਆਗੇ। ਫਲੈਕਸੀਬਲ ਹੋਣਾ ਚਾਹੀਦਾ, ਰਿਜਿਡ ਨਹੀਂ ਹੋਣਾ ਚਾਹੀਦਾ, ਜੇਕਰ ਨੀਡ ਪੈਂਦੀ ਹੈ ਚੇਂਜ ਕਰਨ ਦੀ ਤਾਂ ਚੇਂਜ ਕੀਤਾ ਜਾਣਾ ਚਾਹੀਦਾ। ਪ੍ਰਿੰਸੀਪਲ ਆਫ ਯੂਟੀਲਿਟੀ, ਜੇਕਰ ਬੱਚੇ ਨੂੰ ਉਹ ਜੋ ਤੁਸੀਂ ਪੜ੍ਹਾ ਰਹੇ ਹੋ ਜੇਕਰ ਉਹਦੀ ਜ਼ਿੰਦਗੀ 'ਚੋਂ ਕਿਤੇ ਕੰਮ ਹੀ ਨਹੀਂ ਆ ਰਿਹਾ ਤਾਂ ਉਹਦਾ ਕੋਈ ਫਾਇਦਾ ਨਹੀਂ, ਤਾਂ ਇੱਦਾਂ ਦੇ ਹੀ ਟੋਪਿਕਸ ਇੰਕਲੂਡ ਹੋਣੇ ਚਾਹੀਦੇ, ਇੱਦਾਂ ਦੀ ਐਕਟੀਵਿਟੀਜ਼ ਇੰਕਲੂਡ ਹੋਣੇ ਚਾਹੀਦੀਆਂ ਜਿਹੜੀ ਉਹਦੇ ਲਾਈਫ ਲੌਂਗ ਲਰਨਿੰਗ ਦੇ ਵਿੱਚ ਹੈਲਪ ਕਰਨ। ਪ੍ਰਿੰਸੀਪਲ ਆਫ ਫੋਰਵਰਡ ਲੁਕਿੰਗ, ਫੋਰਵਰਡ ਲੁਕਿੰਗ ਮੀਨਸ ਫਿਊਚਰ ਨੂੰ ਧਿਆਨ 'ਚ ਰੱਖ ਕੇ ਕਿ ਅੱਗੇ ਤੁਸੀਂ ਕੀ ਸੋਚਦੇ ਹੋ, ਬੱਚਾ ਇਹ ਪੜ੍ਹ ਕੇ ਅੱਗੇ ਕਿਹੜੀਆਂ ਆਪਸ਼ਨਸ ਲੈ ਸਕਦਾ, ਵੋਕੇਸ਼ਨਲ ਉਹਦੇ 'ਚ ਕਿੱਥੇ ਕੰਮ ਆ ਸਕਦੀ, ਵੋਕੇਸ਼ਨਲ ਐਜੂਕੇਸ਼ਨ ਉਹ ਕਿਹੜਾ ਵੋਕੇਸ਼ਨ ਓਪਟ ਕਰ ਸਕਦਾ ਹੈਗਾ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਕੰਕਲੂਜ਼ਨ ਜ਼ਰੂਰ ਲਿਖਣਾ ਹੈਗਾ। ਫਿਰ ਆ ਗਿਆ ਇੱਕ ਕਮਿਊਨਿਟੀ ਸੈਂਟਰਡ ਅਪਰੋਚ, ਅਪਰੋਚਿਜ਼ ਹੈਗੀਆਂ ਤੁਹਾਡੇ 'ਚ, ਸਬਜੈਕਟ ਸੈਂਟਰਡ ਹੈਗੀ, ਕਮਿਊਨਿਟੀ ਸੈਂਟਰਡ, ਆਪਾਂ ਇਹਦੇ 'ਚ ਕਮਿਊਨਿਟੀ ਸੈਂਟਰਡ ਅਪਰੋਚ ਡਿਸਕਸ ਕਰਾਂਗੇ। ਇਟ ਇਜ਼ ਮੈਂਟ ਟੂ ਰੀਚ ਆਊਟ ਬਿਯੋਂਡ ਦਾ ਕਲਾਸਰੂਮ ਐਂਡ ਇਨ ਟੂ ਦਾ ਕਮਿਊਨਿਟੀ ਵੇਅਰ ਦਾ ਵਰਡ ਕੈਨ ਬੀ ਚੇਂਜਡ ਬਾਈ ਸਟੂਡੈਂਟਸ ਐਂਡ ਦਾ ਟੀਚਰਸ। ਮਤਲਬ ਕਿ ਕਮਿਊਨਿਟੀ ਸੈਂਟਰਡ ਅਪਰੋਚ ਉਹ ਆ ਗਈ ਜਿਹੜੀ ਕਲਾਸਰੂਮ ਤੋਂ ਬਾਹਰ ਹੈ, ਸਕੂਲ ਤੋਂ ਬਾਹਰ ਹੈ, ਕਮਿਊਨਿਟੀ ਨੂੰ ਧਿਆਨ 'ਚ ਰੱਖ ਕੇ ਉਹ ਕੀਤੀ ਜਾਂਦੀ ਹੈਗੀ, ਠੀਕ ਹੈ। ਅਤੇ ਇਹਦੇ ਗੋਲਸ ਕੀ ਹੋਣਗੇ ਕਮਿਊਨਿਟੀ ਸੈਂਟਰਡ ਅਪਰੋਚ ਦੇ? ਕਹਿੰਦੇ ਯੰਗ ਪੀਪਲ ਆਰ ਐਟ ਅ ਫੋਰਮੇਟਿਵ ਆਈਡਲਿਸਟਿਕ ਸਟੇਜਿਸ ਆਫ ਦੇਅਰ ਲਾਈਫ ਐਂਡ ਦੇ ਨੀਡ ਟੂ ਲਰਨ ਦੈਟ ਦੇ ਕੈਨ ਵਨ ਸ਼ੁੱਡ ਮੇਕ ਅ ਡਿਫਰੈਂਸ ਇਨ ਦਾ ਵਰਲਡ। ਕਿ ਜਿੰਨੇ ਵੀ ਆਪਣੇ ਯੰਗ ਸਟੂਡੈਂਟਸ ਨੇਗੇ, ਪੀਪਲਸ ਨੇ, ਉਹਨਾਂ ਨੂੰ ਇਹ ਸਮਝਣਾ ਚਾਹੀਦੇ ਨੇ ਕਿ ਉਹ ਸਭ ਤੋਂ ਜ਼ਿਆਦਾ ਆਈਡਲਿਸਟਿਕ ਨੇ ਇਸ ਸਟੇਜ ਦੇ ਵਿੱਚ, ਉਹਨਾਂ ਕੋਲ ਬਹੁਤ ਜ਼ਿਆਦਾ ਆਈਡੀਆਜ਼ ਨੇ ਅਤੇ ਉਹੀ ਇਕੱਲੇ ਇਕਲੌਤੇ ਨੇ ਜਿਹੜੇ ਪੂਰੇ ਸੰਸਾਰ ਦੇ ਵਿੱਚ ਚੇਂਜ ਲਿਆ ਸਕਦੇ ਨੇਗੇ। ਤਾਂ ਮਤਲਬ ਜਿਹੜੇ ਆਪਣੇ ਸਕੂਲ ਅਤੇ ਕਮਿਊਨਿਟੀ ਆ ਗਏ, ਇਹ ਮੇਨ ਸਪ੍ਰਿੰਗਸ ਨੇਗੀਆਂ ਜਿਹੜੀਆਂ ਇੱਕ ਪਾਵਰਫੁਲ ਫੋਰਸਿਸ ਨੇ ਜਿਹੜੀਆਂ ਪੂਰੇ ਵਰਲਡ ਦੇ ਵਿੱਚ ਕੀ ਨੇਗੇ, ਚੇਂਜ ਲਿਆ ਸਕਦੀਆਂ ਨੇਗੇ। ਇਹਦੇ ਫਿਲੋਸਫੀਕਲ ਏਮਸ ਕੀ ਹੋਣਗੇ ਕਮਿਊਨਿਟੀ ਸਕੂਲ ਦੇ, ਉੱਤਰਲੀ ਡਿਸਕਸ਼ਨ ਤੋਂ ਪਤਾ ਲੱਗ ਗਿਆ। ਪਹਿਲਾਂ ਤਾਂ ਆ ਗਿਆ ਟੂ ਮੀਟ ਦਾ ਨੀਡਸ, ਜਿਹੜੀ ਆਪਣੀ ਕਮਿਊਨਿਟੀ ਦੀਆਂ ਨੀਡਸ ਨੂੰ ਪੂਰਾ ਕਰਨਾ ਚਾਹੀਦਾ ਹੈ। ਇੰਡੀਵਿਜੁਅਲ ਐਜ ਵੈਲ ਐਜ ਹਰ ਇੱਕ ਮੈਂਬਰ ਹੈ ਜਿਹੜਾ ਸੁਸਾਇਟੀ ਦਾ, ਉਹਨਾਂ ਦੀ ਕੀ ਹੋਣੀਆਂ ਚਾਹੀਦੀਆਂ ਨੇ, ਨੀਡਸ ਫੁਲਫਿਲ ਹੋਣੀਆਂ ਚਾਹੀਦੀਆਂ ਨੇ। ਟੂ ਯੂਟੀਲਾਈਜ਼ ਦਾ ਕਮਿਊਨਿਟੀ ਰਿਸੋਰਸਿਸ ਐਂਡ ਐਕਟੀਵਿਟੀਜ਼ ਔਨ ਇਟਸ ਐਜੂਕੇਸ਼ਨਲ ਪ੍ਰੋਗਰਾਮ, ਕਿ ਜਿੰਨੇ ਵੀ ਆਪਣੇ ਕੋਲ ਸਮਾਜ ਦੇ ਵਿੱਚ ਰਿਸੋਰਸਿਸ ਅਵੇਲੇਬਲ ਨੇ ਉਹ ਪ੍ਰੋਪਰਲੀ ਯੂਟੀਲਾਈਜ਼ ਹੋਣ, ਉਹਨਾਂ ਦੀ ਵੇਸਟੇਜ਼ ਘੱਟ ਹੋਵੇ ਐਜੂਕੇਸ਼ਨਲ ਪਰਪਸਿਸ ਦੇ ਵਿੱਚ। ਟੂ ਪ੍ਰਮੋਟ ਡੈਮੋਕ੍ਰੇਸੀ, ਜਿੰਨੀਆਂ ਵੀ ਆਪਾਂ ਐਕਟੀਵਿਟੀਜ਼ ਕਰਾ ਰਹੇ ਹਾਂ ਸਕੂਲ ਦੇ ਵਿੱਚ, ਉਹਨਾਂ ਦੇ ਵਿੱਚ ਡੈਮੋਕ੍ਰੇਸੀ ਪ੍ਰਮੋਟ ਹੋਣੀ ਚਾਹੀਦੀ ਹੈ ਕਮਿਊਨਿਟੀ ਦੇ ਵਿੱਚ, ਕਿ ਲੋਕਤੰਤਰ ਹੈਗਾ, ਤੁਸੀਂ ਡਿਸੀਜਨਸ ਲੋਕਾਂ ਦੁਆਰਾ ਹੀ ਲਏ ਜਾਣੇ ਚਾਹੀਦੇ ਨੇ, ਅਤੇ ਡੈਮੋਕ੍ਰੇਸੀ ਦੀ ਵੈਲਿਊ ਕੀ ਆ ਇਹ ਦੱਸਿਆ ਜਾਣਾ ਚਾਹੀਦਾ ਹੈਗਾ। ਟੂ ਔਰਗਨਾਈਜ਼ ਦਾ ਸਕੂਲ ਕਰੀਕੁਲਮ ਅਰਾਊਂਡ ਦਾ ਮੇਜਰ ਪ੍ਰੋਸੈਸਿਸ ਐਂਡ ਪ੍ਰੋਬਲਮਸ ਆਫ ਦਾ ਕਮਿਊਨਿਟੀ, ਮਤਲਬ ਜਿੰਨੀਆਂ ਵੀ ਸਮਾਜ ਦੇ ਵਿੱਚ ਜਿੰਨੀਆਂ ਮੇਜਰ ਪ੍ਰੋਬਲਮਸ ਆ ਰਹੀਆਂ ਨੇਗੀਆਂ ਇਸ ਟਾਈਮ 'ਤੇ, ਜਿਹੜੇ ਸਮਾਜ ਫੇਸ ਕਰ ਰਿਹਾ, ਉਹਨਾਂ ਨੂੰ ਧਿਆਨ 'ਚ ਰੱਖ ਕੇ ਹੀ ਜਿਹੜਾ ਔਰਗਨਾਈਜ਼ ਕਰਨਾ ਚਾਹੀਦਾ ਸਕੂਲ ਕਰੀਕੁਲਮ, ਅਤੇ ਉਹਦੇ ਸਲਿਊਸ਼ਨਸ ਵੀ ਹੋਣੇ ਚਾਹੀਦੇ ਨੇਗੇ।
ਬੱਚਿਆਂ ਨੂੰ ਮਤਲਬ ਕੋਆਪਰੇਸ਼ਨ ਸਿਖਾਉਣੇ, ਗਰੁੱਪ ਪ੍ਰੋਜੈਕਟ ਇੱਦਾਂ ਦੇ ਦੇਣੇ ਕਿ ਉਹਨਾਂ ਦੇ ਕੋਮਨ ਇੰਟਰਸਟ ਬਣ ਸਕਣ ਅਤੇ ਉਹ ਮਤਲਬ ਆਪਣੀ ਸੁਸਾਇਟੀ ਨੂੰ ਇਕੱਠੇ ਹੋ ਕੇ ਸਰਵ ਕਰ ਸਕਣ, ਉਹ ਯੂਨਿਟੀ ਸਿੱਖਣ। ਟੂ ਬਰੋਡਰ ਐਂਡ ਡੀਪਰ ਐਕਸਪੀਰੀਅੰਸ, ਬੱਚਿਆਂ ਦਾ ਜਿਹੜੇ ਐਕਸਪੀਰੀਅੰਸ ਆ ਉਹਨਾਂ ਨੂੰ ਬਰੋਡ ਕਰਨਾ ਅਤੇ ਡੀਪ ਕਰਨਾ, ਉਹਨਾਂ ਦੀ ਇੰਟੈਲੀਜੈਂਸ ਨੂੰ ਇਨਕਰੀਜ਼ ਕਰਨਾ, ਠੀਕ ਹੈ, ਉਹਨਾਂ ਨੂੰ ਇੱਕ ਵਧੀਆ ਸੋਸ਼ਲ ਬੀਂਗ ਬਣਾਉਣਾ। ਠੀਕ ਹੈ, ਇਹਦਾ ਐਮਫੈਸਿਸ ਕੀ ਸੀਗਾ, ਮੇਨ ਫੋਕਸ ਸੀਗਾ ਜਿਹੜਾ ਕਰੀਕੁਲਮ ਸੈਂਟਰਡ ਅਪਰੋਚ ਦਾ, ਇਸ ਟੂ ਗਰੁੱਪ ਐਂਡ ਗਰੁੱਪ ਐਕਸ਼ਨ, ਮਤਲਬ ਗਰੁੱਪ ਬਣਾਉਣਾ ਅਤੇ ਗਰੁੱਪ ਦੇ ਵਿੱਚ ਹੀ ਐਕਸ਼ਨ ਕਰਨਾ, ਕਿਉਂਕਿ ਸਮਾਜ ਨੂੰ ਇੱਕ ਇਕੱਲਾ ਬੰਦਾ ਨਹੀਂ ਸਰਵ ਕਰ ਸਕਦਾ, ਗਰੁੱਪ ਦੇ ਵਿੱਚ ਮਤਲਬ ਆਪਾਂ ਕੀ ਕਹਿ ਸਕਦੇ ਹਾਂ, ਵਧੀਆ ਸਰਵ ਕਰ ਸਕਦੇ ਹਾਂ। ਅਤੇ ਕਮਿਊਨਿਟੀ ਸੈਂਟਰਡ ਕਰੀਕੁਲਮ ਇੱਕ ਪ੍ਰੋਬਲਮ ਸੋਲਵਿੰਗ ਕਮਿਊਨਿਟੀ ਸੈਂਟਰਡ ਹੋਣਾ ਚਾਹੀਦਾ, ਕਿ ਕਮਿਊਨਿਟੀ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਉਹਨਾਂ ਸਾਰੀਆਂ ਨੂੰ ਕੀ ਕਰੇ, ਸੋਲਵ ਕਰ ਸਕੇ, ਕਿਹਦੇ ਥਰੂ, ਪਾਰਟੀਸਪੇਸ਼ਨ, ਹੋਲ ਗਰੁੱਪ ਦੇ ਵਿੱਚ ਪਾਰਟੀਸਪੇਸ਼ਨ ਹੋਣੀ ਚਾਹੀਦੀ ਹੈਗੀ। ਅਤੇ ਸਟੂਡੈਂਟਸ ਨੂੰ ਵੀ ਦੇਖਣਾ ਚਾਹੀਦਾ ਕਿ ਸਮਾਜ ਦੇ ਉੱਤੇ ਕਿਹੜੀ ਕਿਹੜੀਆਂ ਚੀਜ਼ਾਂ ਦਾ ਕੀ ਇੰਪੈਕਟ ਹੋ ਰਿਹਾ ਹੈਗਾ, ਅਤੇ ਉਹ ਵਧੀਆ ਸਿਟੀਜ਼ਨਸ ਕਿਵੇਂ ਬਣ ਸਕਦੇ ਨੇ। ਠੀਕ ਹੈ, ਹੁਣ ਇਹਦੇ 'ਚ ਟੀਚਰਸ ਦਾ ਕੀ ਰੋਲ ਹੈ, ਟੀਚਰਸ ਨੂੰ ਹੈਲਪ ਕਰਨੀ ਚਾਹੀਦੀ ਹੈ ਬੱਚਿਆਂ 'ਚ ਸੋਸ਼ਲ ਸਕਿੱਲਸ ਡਿਵੈਲਪ ਕਰੇ, ਉਹਨਾਂ 'ਚ ਕਲੈਬੋਰੇਸ਼ਨ ਡਿਵੈਲਪ ਕਰੇ, ਯੂਨਿਟੀ ਡਿਵੈਲਪ ਕਰੇ, ਟੀਮ ਵਰਕ, ਟੀਮ ਬਿਲਡਿੰਗ ਕ੍ਰੀਏਟ ਕਰੇ, ਇੱਦਾਂ ਦਾ ਇਨਵਾਇਰਮੈਂਟ ਕ੍ਰੀਏਟ ਕਰੇ ਕਿ ਬੱਚੇ ਖੁਦ ਤੋਂ ਗਰੁੱਪ 'ਚ ਕੰਮ ਕਰਨ, ਉਹਨਾਂ ਨੂੰ ਇੱਕ ਰਿਸਪੋਂਸੀਬਲ ਮਤਲਬ ਰਿਸਪੋਂਸੀਬਿਲਟੀ ਦੇਣੀ ਕਿ ਕਲਾਸਰੂਮ ਨੂੰ ਪ੍ਰੋਬਲਮ ਸੋਲਵਿੰਗ ਯੂਨਿਟਸ ਕਨਵਰਟ ਕਰਨਾ, ਤੁਸੀਂ ਉੱਥੇ ਇੱਦਾਂ ਦੀ ਕਲਾਸ ਹੋਵੇ ਜਿੱਥੇ ਹਰ ਇੱਕ ਪ੍ਰੋਬਲਮ ਦਾ ਕੀ ਹੋਵੇ, ਸੋਲਿਊਸ਼ਨ ਹੋਵੇ। ਠੀਕ ਹੈ, ਉਹਨਾਂ ਨੂੰ ਇੱਕ ਰਿਸਪੋਂਸੀਬਲ ਸਿਟੀਜ਼ਨਸ ਬਣਾਉਣਾ ਜਾਂ ਕਮਿਊਨਿਟੀ ਮੈਂਬਰਸ ਬਣਾਉਣਾ। ਸਟੂਡੈਂਟਸ ਦਾ ਕੀ ਰੋਲ ਆ ਉਹਦੇ 'ਚ, ਸਟੂਡੈਂਟਸ ਆਰ ਰਿਸਪੋਂਸੀਬਲ ਫੋਰ ਬੀਂਗ ਅਵੇਅਰ ਆਫ ਦੇ ਵਰਲਡ ਅਰਾਊਂਡ ਦੈਮ, ਸਟੂਡੈਂਟਸ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਦੇ ਆਲੇ ਦੁਆਲੇ ਕੀ ਹੋ ਰਿਹਾ ਹੈਗਾ, ਉਹਨਾਂ 'ਤੇ ਕਿਹੜੇ ਕਿਹੜੇ ਇਸ਼ੂਜ਼ ਉਹਨਾਂ ਦੀ ਲਾਈਫ ਨੂੰ ਇੰਪੈਕਟ ਕਰ ਰਹੇ ਨੇ, ਅਤੇ ਕਿੱਦਾਂ ਉਹ ਉਸ 'ਤੇ ਆਪਣੇ ਉਹਦੇ ਨਾਲ ਗਰੁੱਪ 'ਚ ਮਤਲਬ ਕੋਆਪਰੇਟ ਕਰਕੇ ਕਿੱਦਾਂ ਉਸ ਪ੍ਰੋਬਲਮ 'ਚੋਂ ਬਾਹਰ ਆ ਸਕਦੇ ਨੇਗੇ। ਠੀਕ ਹੈ, ਟੂ ਮੇਕ ਬੈਟਰ ਪਲੇਸ, ਐਕਟਿਵ ਪਾਰਟੀਸਪੇਸ਼ਨ, ਟੀਮ ਵਰਕ, ਕੋਆਪਰੇਟਿਵ, ਇਹ ਸਾਰੇ ਸਟੂਡੈਂਟਸ ਦੇ ਰੋਲ ਆ ਗਏ ਕਮਿਊਨਿਟੀ ਨੂੰ ਬੈਟਰ ਪਲੇਸ ਬਣਾਉਣਾ, ਕਿ ਇਨਸ਼ੋਰ ਕਰਨਾ ਕਿ ਹਰ ਇੱਕ ਟੀਮ ਦਾ ਮੈਂਬਰ ਹੈ ਜਿਹੜਾ ਉਹ ਇਕੁਅਲ ਅਤੇ ਮਤਲਬ ਪ੍ਰੋਪਰ ਇੰਥੋਸਾਜ਼ਮ ਦੇ ਨਾਲ ਕੀ ਕਰ ਰਿਹਾ, ਕੰਮ ਕਰ ਰਿਹਾ ਹੈਗਾ। ਠੀਕ ਹੈ, ਅਸੈਸਮੈਂਟ ਕਿਵੇਂ ਹੁੰਦੀ ਹੈਗੀ ਸੋਸਾਇਟੀ ਜਾਂ ਕਮਿਊਨਿਟੀ ਸੈਂਟਰ ਦੇ ਵਿੱਚ, ਫੋਕਸ ਅਰਾਊਂਡ ਦਾ ਸਟੂਡੈਂਟ ਐਫਰਟਸ ਐਂਡ ਆਊਟਕਮ, ਇਹ ਦੇਖਿਆ ਜਾਊਗਾ ਕਿ ਕਿਹੜੇ ਸਟੂਡੈਂਟਸ ਨੇ ਕਿੰਨੇ ਐਫਰਟਸ ਕੀਤੇ ਅਤੇ ਉਹਦੇ 'ਚ ਕੀ ਆਊਟਕਮ ਆਈ ਹੈ। ਔਨ ਦੇਅਰ ਐਬਿਲਿਟੀ ਟੂ ਅਪਲਾਈ ਨੌਲੇਜ ਐਂਡ ਸਕਿੱਲਸ, ਕਿਵੇਂ ਬੱਚੇ ਆਪਦੀ ਆਪ ਖੁਦ ਤੋਂ ਆਪਦੀ ਨੌਲੇਜ ਨੂੰ ਅਪਲਾਈ ਕਰ ਰਹੇ ਨੇ, ਆਪਦੀਆਂ ਸਕਿੱਲਸ ਨੂੰ ਯੂਜ਼ ਕਰ ਰਹੇ ਨੇਗੇ। ਸਟੂਡੈਂਟਸ ਆਰ ਗਿਵਨ ਚਾਂਸ ਟੂ ਕ੍ਰੀਏਟ ਰੂਬਰਿਕਸ, ਬੱਚਿਆਂ ਨੂੰ ਚਾਂਸ ਦੇਣਾ ਚਾਹੀਦਾ ਕਿ ਉਹ ਆਪਦੇ ਰੂਬਰਿਕਸ, ਆਪਦੇ ਜਿਹੜੇ ਪੋਰਟਫੋਲੀਓਜ਼ ਨਾ ਉਹ ਆਪ ਕ੍ਰੀਏਟ ਕਰ ਸਕਣ। ਟੀਚਰਸ ਨੇ ਇਨਵੋਲਵ ਹੋਣੇ ਚਾਹੀਦੇ ਇਹਨਾਂ ਐਕਟੀਵਿਟੀਜ਼ ਦੇ ਵਿੱਚ, ਟੀਚਰ ਸਿਰਫ ਐਜ ਏ ਗਾਈਡ ਜਾਂ ਫਿਰ ਐਜ ਏ ਫਰੈਂਡ, ਐਜ ਏ ਮਤਲਬ ਉਹਨਾਂ ਨੂੰ ਸਿਰਫ ਇੱਕ ਰਸਤਾ ਦਿਖਾਉਣ ਵਾਲੇ ਹੋਣੇ ਚਾਹੀਦੇ ਨੇਗੇ। ਉਮੀਦ ਹੈ ਅਜੇ ਇਹ ਟੋਪਿਕ ਸੀ ਜਿਹੜਾ ਤੁਹਾਨੂੰ ਸਮਝ ਆ ਗਿਆ ਹੋਊਗਾ, ਐਕਟੀਵਿਟੀ ਸੈਂਟਰਡ ਅਪਰੋਚ। ਸਿਮਿਲਰਲੀ ਆਪਾਂ ਬਾਕੀ ਸਾਰੀਆਂ ਅਪਰੋਚਿਸ ਵੀ ਕਵਰ ਕਰ ਲਾਂਗੇ। ਜੇਕਰ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਬਾਕੀ ਪੇਪਰ ਪ੍ਰੈਜੈਂਟੇਸ਼ਨ 'ਤੇ ਮੈਂ ਫਿਰ ਵੀ ਕਹਿ ਰਹੀ ਹਾਂ, ਜ਼ਰੂਰ ਧਿਆਨ ਰੱਖੋ, ਸਟਾਰਟਿੰਗ 'ਚ ਕੋਟੇਸ਼ਨ ਜ਼ਰੂਰ ਲਿਖੋ, ਕੁਸ਼ਚਨ ਸ਼ੁਰੂ ਕਰਨ ਲੱਗੇ, ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਧੰਨਵਾਦ।